ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨ ਪਹਿਲਾਂ ਗਾਇਕ ਤੇ ਰੈਪਰ ਸੁਭਦੀਪ ਸਿੰਘ ਸਿੱਧੂ ਦੇ ਸ਼ੋਅ ਜੋ ਹైదరాబాద్ ਪੰਜਾਬ ਦੀ ਭਾਰਤ ਦੀ ਧਰਤੀ ਤੇ ਹੋਣੇ ਸੀ ਇਹ ਕਹਿ ਕੇ ਰੱਦ ਕਰ ਦਿੱਤੇ ਗਏ ਕਿ ਇਹ ਵੱਖਵਾਦੀਆਂ ਦੀ ਸਪੋਰਟ ਕਰਦਾ ਕਿਉਂਕਿ ਉਹ ਵਿਦੇਸ਼ ਦੀ ਧਰਤੀ ਰਹਿੰਦਾ ਜਦੋਂ ਕਿ ਉਹਨੇ ਸੋਸ਼ਲ ਮੀਡੀਆ ਅਕਾਊਂਟ ਤੇ ਉਸ ਨੌਜਵਾਨ ਨੇ ਬਿਲਕੁਲ ਸਾਫ਼ ਕਲੀਅਰ ਕਰ ਦਿੱਤਾ ਕਿ ਮੈਂ ਵੀ ਇਸ ਦੇਸ਼ ਨੂੰ ਪਿਆਰ ਕਰਦਾ ਪੰਜਾਬ ਤੇ ਪੰਜਾਬੀਦ ਕਰਕੇ ਜਿਹੜਾ ਮੇਰਾ ਨਾਮ ਬਣਿਆ ਹੈ ਤੇ ਮੈਂ ਕੋਈ ਵਖਵਾਦ ਦੀ ਗੱਲ ਨਹੀਂ ਕਰਦਾ ਪਰ ਫਿਰ ਵੀ ਉਹਨੂੰ ਵਖਵਾਦੀ ਬਣਾ ਕੇ ਸ਼ੋਅ ਰੱਦ ਕਰਨੇ ਬੜੇ ਮਤਭਾਗੇ ਨੇ ਤੇ ਉਹਦੇ ਖਿਲਾਫ ਜ਼ਹਿਰ ਉਗਣ ਵਾਲੇ ਕਈ ਲੋਕ ਲੋਕਾਂ ਦਾ ਬੋਲਣਾ ਬੜਾ ਮਤਭਾਗਾ ਹੈ ਖਾਸ ਕਰਕੇ ਕੰਗਣਾ ਰੌਤ ਜਿਹੜੀ ਕਿ ਹਮੇਸ਼ਾ ਖਾਸ ਕਰਕੇ ਸਿੱਖ ਨੌਜਵਾਨਾਂ ਦੇ ਖਿਲਾਫ ਜ਼ਹਿਰ ਉਗਲਦੀ ਰਹਿੰਦੀ ਹੈ ਉਹਨੂੰ ਵੀ ਨੱਥ ਪਾ ਕੇ ਰੱਖਣੇ ਜ਼ਰੂਰੀ ਹੈ ਪਰ ਇਹ ਦੇਸ਼ ਭਗਤੀ ਦੇ ਸਰਟੀਫਿਕੇਟ ਹਮੇਸ਼ਾ ਪੰਜਾਬ ਦੇ ਖਾਸ ਕਰਕੇ ਪੰਜਾਬੀਆਂ ਦੇ ਸਿੱਖ ਨੌਜਵਾਨਾਂ ਤੋਂ ਹੀ ਮੰਗੇ ਜਾਂਦੇ ਨੇ ਜਦੋਂ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ 80% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਸਿੱਖਾਂ ਨੇ ਕੀਤੀਆਂ ਪਰ ਫਿਰ ਵੀ ਉਹਨਾਂ ਨੂੰ ਹਮੇਸ਼ਾ ਦੇਸ਼ ਭਗਤੀ ਦਾ ਸਬੂਤ ਦੇਣਾ ਪੈਂਦਾ ਮੈਂ ਸਮਝਦਾ ਕਿ ਸਰਕਾਰਾਂ ਸਰਕਾਰਾਂ ਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਨੇ ਭਾਵੇਂ ਕੇਂਦਰ ਦੀ ਬੀਜੇਪੀ ਦੀ ਸਰਕਾਰ ਆ ਭਾਵੇਂ ਇੱਥੇ ਆਮ ਆਦਮੀ ਪਾਰਟੀ ਸਰਕਾਰ ਆ ਇਹ ਨੌਜਵਾਨਾਂ ਨੂੰ ਬਦਨਾਮ ਕਰਨਾ ਬੰਦ ਕਰਨ ਕਿਉਂਕਿ ਸਰਕਾਰਾਂ ਮੈਂ ਸਮਝਦੀਆਂ ਕਿ ਇਹ ਮਾੜੇ ਅੰਸਰਾਂ ਨੂੰ ਜਿਹੜੀਆਂ ਨੱਥ ਨਹੀਂ ਪਾਉਂਦੀਆਂ ਸਹਦੰਦੀਆਂ ਨੇ ਤਾਂ ਕਿਤਨਾ ਕਿਤੇ ਲੱਗਦਾ ਕਿ ਜਿਹੜੀ ਵਾਰੜ ਹੈ ਉਹੀ ਖੇਤ ਨੂੰ ਖਾਣ ਲੱਗੀ ਪਈ ਹੈ ਸੋ ਇਸ ਲਈ ਪੰਜਾਬ ਦੇ ਖਾਸ ਕਰਕੇ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਦੇ ਨਾਲ ਨਹੀਂ ਖੜਨਾ ਚਾਹੀਦਾ ਆਪਣੇ ਹੱਕਾਂ ਲਈ ਆਵਾਜ਼ ਚੱਕਣੀ ਖਾਲਸਾ ਪੰਥ ਲਈ ਆਵਾਜ਼ ਚੱਕਣੀ ਪੰਜਾਬੀ ਦੇ ਲਈ ਆਵਾਜ਼ ਚੱਕਣੀ ਪੰਜਾਬੀ ਤਲੀ ਆਵਾਜ਼ ਚੱਕਣੀ ਇਹ ਕਦੇ ਵੱਖਵਾ ਇਹ ਵੱਖਵਾਦ ਨਹੀਂ ਹੁੰਦਾ ਆਪਣੇ ਹੱਕ ਮੰਗਣਾ ਆਪਣੇ ਅਧਿਕਾਰ ਮੰਗਣਾ ਖਾਲਸਾ ਪੰਥ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਪੰਜਾਬੀ ਦੀ ਗੱਲ ਕਰਨੀ ਕੌਮ ਦੀ ਗੱਲ ਕਰਨੀ ਇਹ ਕਦੇ ਵੀ ਵੱਖਵਾਦ ਨਹੀਂ ਹੁੰਦਾ ਕੋਈ ਪੰਜਾਬ ਦੇ ਨੌਜਵਾਨ ਵੱਖਰਾ ਦੇਸ਼ ਨਹੀਂ ਚਾਹੁੰਦੇ ਕੋਈ ਵੱਖਵਾਦੀ ਨਹੀਂ ਕੋਈ ਅੱਤਵਾਦੀ ਨਹੀਂ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਪਾਣੇ ਸਰਬੱਤ ਦਾ ਭਲਾ ਲੈ ਕੇ ਚੱਲਣ ਵਾਲੀ ਕੌਮ ਸਾਰਿਆਂ ਦਾ ਭਲਾ ਚਾਹੁੰਦੇ ਆ ਸਾਰੇ ਭਾਈਚਾਰਕ ਸਾਂਝ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਕਿ ਸਾਰਿਆਂ ਦਾ ਭਾਈਚਾਰਕ ਇੱਕਾ ਬਣਿਆ ਰਹੇ ਪਰ ਇਹ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਹ ਭਾਈਚਾਰਕ ਸਾਂਝ ਨੂੰ ਤੋੜ ਕੇ ਸਿਰਫ ਤੇ ਸਿਰਫ ਸਿੱਖ ਨੌਜਵਾਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਭੰਡ ਕੇ ਵੱਖਵਾਦੀ ਕਹਿ ਕੇ ਅਤਵਾਦੀ ਕਹਿ ਕੇ ਬਦਨਾਮ ਕਰਨਾ ਚਾਹੁੰਦੇ ਚਾਹੁੰਦੇ ਨੇ ਇਹ ਬੜਾ ਮਤਭਾਗ ਹੈ ਸਰਕਾਰਾਂ ਨੂੰ ਇਹ ਤੇ ਨੱਥ ਪਾਉਣੀ ਚਾਹੀਦੀ ਆ ਨਹੀਂ ਫਿਰ ਸਰਕਾਰਾਂ ਦੇ ਵੀ ਸ਼ੰਕਾ ਜਾਪਦੀ ਆ ਕਿ ਕਿਤੇ ਜਿਹੜੀਆਂ ਸਰਕਾਰਾਂ ਨੇ ਇਹ ਮਾੜੇ ਲੋਕਾਂ ਨੂੰ ਨੱਥ ਪਾਉਣ ਦੀ ਬਜਾਏ ਸਾਇਦ ਅੰਦੀਆਂ ਨਾ ਚੁੱਪ ਰਹਿੰਦੀਆਂ ਨੇ ਫਿਰ ਉੱਥੇ ਦੁੱਖ ਲੱਗਦਾ ਦੁੱਖ ਲੱਗਦਾ ਕਿ ਇਹ ਦੇਸ਼ ਸਾਡਾ ਇਹ ਪੰਜਾਬ ਸਾਡਾ ਇਹ ਪੰਜਾਬੀ ਤੇ ਸਾਡੀ ਆ ਭਾਈ ਚਾਰਕ ਸਾਂ ਜਿੰਦਾਬਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਛਲੇ ਕੁਝ ਦਿਨ ਪਹਿਲਾਂ ਗਾਇਕ ਤੇ ਰੈਪਰ ਸੁਭਦੀਪ ਸਿੰਘ ਸਿੱਧੂ ਦੇ ਸ਼ੋਅ ਜੋ ਹైదరాబాద్ ਪੰਜਾਬ ਦੀ ਭਾਰਤ ਦੀ ਧਰਤੀ ਤੇ ਹੋਣੇ ਸੀ ਇਹ ਕਹਿ ਕੇ ਰੱਦ ਕਰ ਦਿੱਤੇ ਗਏ ਕਿ ਇਹ ਵੱਖਵਾਦੀਆਂ ਦੀ ਸਪੋਰਟ ਕਰਦਾ ਕਿਉਂਕਿ ਉਹ ਵਿਦੇਸ਼ ਦੀ ਧਰਤੀ ਰਹਿੰਦਾ ਜਦੋਂ ਕਿ ਉਹਨੇ ਸੋਸ਼ਲ ਮੀਡੀਆ ਅਕਾਊਂਟ ਤੇ ਉਸ ਨੌਜਵਾਨ ਨੇ ਬਿਲਕੁਲ ਸਾਫ਼ ਕਲੀਅਰ ਕਰ ਦਿੱਤਾ ਕਿ ਮੈਂ ਵੀ ਇਸ ਦੇਸ਼ ਨੂੰ ਪਿਆਰ ਕਰਦਾ ਪੰਜਾਬ ਤੇ ਪੰਜਾਬੀਦ ਕਰਕੇ ਹੈ ਜਿਹੜਾ ਮੇਰਾ ਨਾਮ ਬਣਿਆ ਤੇ ਮੈਂ ਕੋਈ ਬਖਵਾਦ ਦੀ ਗੱਲ ਨਹੀਂ ਕਰਦਾ ਪਰ ਫਿਰ ਵੀ ਉਹਨੂੰ ਬਖਵਾਦੀ ਬਣਾ ਕੇ ਸ਼ੋਅ ਰੱਦ ਕਰਨੇ ਬੜੇ ਮਤਭਾਗੇ ਨੇ ਤੇ ਉਹਦੇ ਖਿਲਾਫ ਜ਼ਹਿਰ ਉਗਣ ਵਾਲੇ ਕਈ ਲੋਕ ਲੋਕਾਂ ਦਾ ਬੋਲਣਾ ਬੜਾ ਮਤਭਾਗਾ ਹੈ ਖਾਸ ਕਰਕੇ ਕੰਗੜਾ ਰੌਤ ਜਿਹੜੀ ਕਿ ਹਮੇਸ਼ਾ ਖਾਸ ਕਰਕੇ ਸਿੱਖ ਨੌਜਵਾਨਾਂ ਦੇ ਖਿਲਾਫ ਜ਼ਹਿਰ ਉਗਲਦੀ ਰਹਿੰਦੀ ਹੈ ਉਹਨੂੰ ਵੀ ਨੱਥ ਪਾ ਕੇ ਰੱਖਣੇ ਜ਼ਰੂਰੀ ਹੈ ਪਰ ਇਹ ਦੇਸ਼ ਭਗਤੀ ਦੇ ਸਰਟੀਫਿਕੇਟ ਹਮੇਸ਼ਾ ਪੰਜਾਬ ਦੇ ਖਾਸ ਕਰਕੇ ਪੰਜਾਬੀਆਂ ਦੇ ਸਿੱਖ ਨੌਜਵਾਨਾਂ ਤੋਂ ਹੀ ਘੁੰਮ ਕੇ ਜਾਂਦੇ ਨੇ ਜਦੋਂ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ 80% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਸਿੱਖਾਂ ਨੇ ਕੀਤੀਆਂ ਪਰ ਫਿਰ ਵੀ ਉਹਨਾਂ ਨੂੰ ਹਮੇਸ਼ਾ ਦੇਸ਼ ਭਗਤੀ ਦਾ ਸਬੂਤ ਦੇਣਾ ਪੈਂਦਾ ਮੈਂ ਸਮਝਦਾ ਕਿ ਸਰਕਾਰਾਂ ਸਰਕਾਰਾਂ ਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਨੇ ਭਾਵੇਂ ਕੇਂਦਰ ਦੀ ਬੀਜੇਪੀ ਦੀ ਸਰਕਾਰ ਆ ਭਾਵੇਂ ਇੱਥੇ ਆਮ ਆਦਿ ਪਾਰਟੀ ਸਰਕਾਰ ਆ ਇਹ ਨੌਜਵਾਨਾਂ ਨੂੰ ਬਦਨਾਮ ਕਰਨਾ ਬੰਦ ਕਰਨ ਕਿਉਂਕਿ ਸਰਕਾਰਾਂ ਮੈਂ ਸਮਝਦੀ ਹਾਂ ਕਿ ਇਹ ਮਾੜੇ ਅਨਸਰਾਂ ਨੂੰ ਜਿਹੜੀਆਂ ਨੱਥ ਨਹੀਂ ਪਉਂਦੀਆਂ ਸਹਿਦੰਦੀਆਂ ਨੇ ਤਾਂ ਕਿਤਨਾ ਕਿਤੇ ਲੱਗਦਾ ਕਿ ਜਿਹੜੀ ਵਾਰ ਹੈ ਉਹੀ ਖੇਤ ਨੂੰ ਖਾਣ ਲੱਗੀ ਪਈ ਹੈ ਸੋ ਇਸ ਲਈ ਪੰਜਾਬ ਦੇ ਖਾਸ ਕਰਕੇ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਦੇ ਨਾਲ ਨਹੀਂ ਖੜਨਾ ਚਾਹੀਦਾ ਆਪਣੇ ਹੱਕਾਂ ਲਈ ਆਵਾਜ਼ ਚੱਕਣੀ ਖਾਲਸਾ ਪੰਥ ਲਈ ਆਵਾਜ਼ ਚੱਕਣੀ ਪੰਜਾਬੀ ਦੇ ਲਈ ਆਵਾਜ਼ ਚੱਕਣੀ ਪੰਜਾਬੀ ਤਲੀ ਆਵਾਜ਼ ਚੱਕਣੀ ਇਹ ਕਦੇ ਵੱਖਵਾ ਇਹ ਵੱਖਵਾਦ ਨਹੀਂ ਹੁੰਦਾ ਆਪਣੇ ਹੱਕ ਮੰਗਣਾ ਆਪਣੇ ਅਧਿਕਾਰ ਮੰਗਣਾ ਖਾਲਸਾ ਪੰਥ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਪੰਜਾਬੀ ਦੀ ਗੱਲ ਕਰਨੀ ਕੌਮ ਦੀ ਗੱਲ ਕਰਨੀ ਇਹ ਕਦੇ ਵੀ ਵੱਖਵਾਦੀ ਨਹੀਂ ਹੁੰਦਾ ਕੋਈ ਪੰਜਾਬ ਦੇ ਨੌਜਵਾਨ ਵੱਖਰਾ ਦੇਸ਼ ਨਹੀਂ ਚਾਹੁੰਦੇ ਕੋਈ ਵੱਖਵਾਦੀ ਨਹੀਂ ਕੋਈ ਅਤਵਾਦੀ ਨਹੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਲੈ ਕੇ ਚੱਲਣ ਵਾਲੀ ਕੌਮ ਸਾਰਿਆਂ ਦਾ ਭਲਾ ਚਾਹੁੰਦੇ ਆ ਸਾਰੇ ਭਾਈਚਾਰਕ ਸਾਂਝ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਕਿ ਸਾਰਿਆਂ ਦਾ ਭਾਈਚਾਰਕ ਇੱਕਾ ਬਣਿਆ ਰਹੇ ਪਰ ਇਹ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਹ ਭਾਈਚਾਰਕ ਸਾਂਝ ਨੂੰ ਤੋੜ ਕੇ ਸਿਰਫ ਤੇ ਸਿਰਫ ਸਿੱਖ ਨੌਜਵਾਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਭੰਡ ਕੇ ਵੱਖਵਾਦੀ ਕਹਿ ਕੇ ਅਤਵਾਦੀ ਕਹਿ ਕੇ ਬਦਨਾਮ ਕਰਨਾ ਚਾਹੁੰਦੇ ਚਾਹੁੰਦੇ ਨੇ ਇਹ ਬੜਾ ਮਤਭਾਗ ਹੈ ਸਰਕਾਰਾਂ ਨੂੰ ਇਹ ਤੇ ਨੱਥ ਪਾਉਣੀ ਚਾਹੀਦੀ ਆ ਨਹੀਂ ਫਿਰ ਸਰਕਾਰਾਂ ਦੇ ਵੀ ਸ਼ੰਕਾ ਜਾਪਦੀ ਆ ਕਿ ਕਿਤੇ ਜਿਹੜੀ ਸਰਕਾਰਾਂ ਨੇ ਇਹ ਮਾੜੇ ਲੋਕਾਂ ਨੂੰ ਨੱਥ ਪਾਉਣ ਦੀ ਬਜਾਏ ਸਹਿ ਦੰਦੀਆਂ ਨਾਲ ਚੁੱਪ ਰਹਿੰਦੀਆਂ ਨੇ ਫਿਰ ਉੱਥੇ ਦੁੱਖ ਲੱਗਦਾ ਦੁੱਖ ਲੱਗਦਾ ਕਿ ਇਹ ਦੇਸ਼ ਸਾਡਾ ਇਹ ਪੰਜਾਬ ਸਾਡਾ ਇਹ ਪੰਜਾਬੀ ਤੇ ਸਾਡੀ ਆ ਭਾਈ ਚਰਕਸਾਂ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ